अस्सलाम वालेकुम मेरे सज्जनों मित्रों बेलियो, मैं तुहाडा वीर तुहाडा भरा वजीर अली। तो तुसी वेख रहे जो तुहाडा अपना यूट्यूब चैनल नफा टीवी HD। अज दी वीडियो बड़ी खास है। अज दी वीडियो विच ताहिर अदरीस साहब दा ब्यूटीफुल शानदार डोगरों की मेंटल विखा रहे हैं। तो जनाब आ रहे ने ब्यूट साडे पाकिस्तान दे मायनाज मशहूर मारूफ शिकारी खान भाई, उनके पास है ब्यूटीफुल शानदार डॉग रॉकी माइंटल। रॉकी माइंटल वखाण लगा जी अपना पिछवाड़ा, क्योंकि कमजोर नहीं कहता भाई, मेरा पिछला पासा वेखो, अगला तो तुसी सब दा ही वेखदे जी हैं। अगे संगल सी ना, संगल नहीं पाता तू है, प्रैक्टिस के थे। ना चक ना छंड ला पुत्र, छंड ला, छंड ला, छंड ला, छंड ला, छंड, छंड ला, छंड ला, चल छंड ला उसको, ठंड लाओ, ठंड, ठंड लाओ, ठंड ला, ठंड, ठंड है रॉके। आह सर यहाँ तोड़ी जान्दा ही सही है। आह उठे आ जा, बाहर आ जा, मैं तो वीर वजीर अली शफीक अली। आहो 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 असी निका जहा विलोक बना रहे हैं, तो कुत्ते जरा बाहर कटी दे रहे, तो की प्रोग्राम है गंदे वसल लटर पटर खान साहब लाया मिसाला, मिसाला है अपने को मच्छी मिसाला बेसन, बेसन आ बजाइना नहीं नहीं मोटरसाइकिल तो बजावा के वो तो रहा है तेरी खैरा ठीक हो मेरा सज्जन मित्र शफीक साहब भी आई इसी काल मच्छी के बारे पूछ रहे थी कि खान भाई नो ये जी 31 प्लस हो चुका है इससे माशाल्लाह जी जी माशाल्लाह अल्लाहुम्मा बरकात अलैहि हौला वाला कुवत इल्ला बिल्लाह चलूंगी या फिर कुत्ता जी चलूंगी मार दूंगा चलूंगी ला चलूंगी जंप ला जंप जंप ला ये ब्लड 9 लखिया फिर तेन पता नजर ते आंदा ना जी 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 क्या ये जबरू दा बच्चा है जी माशाल्लाह जबरू दा जी जी ये उठे किवें गया ये छोटा जो बच्चा सी जी ओ तो फिर अच्छा हां जी ये कुत्ती भरा के ला गया सी अच्छा जबरू दा बच्चा क्या बात ये कुत्ती भरा के ला गया सी माफी नहीं किसी से ये
ਅਸ਼ਬੋ ਨਜ਼ਰ ਆ ਰਹੀ ਵਿੱਚੋਂ 9 ਲੱਖੀ ਹੈ ਜੀ ਇਹਦੀ ਬਾਡੀ ਵੇਖ ਲਓ ਬਰੀਡ ਆਫ 9 ਲੱਖੀਆ ਬਿਊਟੀਫੁਲ ਸ਼ਾਨਦਾਰ ਰੌਂਕੀ ਮੈਂਟਲ ਜੀ ਹੈਗਾ ਲੇਕਿਨ ਮੈਂਟਲ ਹੈ ਥੋੜਾ ਜਿਹਾ ਇਹਦਾ ਹੈਡ ਸੇਮ ਟੂ ਸੇਮ 9 ਲੱਖੀਏ ਵਰਗਾ ਜੀ ਜੀ ਕੰਨਾ ਦੀ ਕਟਿੰਗ ਹੋ ਜਾਂਦੀ ਨਾ ਲੇਕਿਨ ਉਸ ਤੋਂ ਬਗੈਰ ਵੀ ਸੋਹਣਾ ਲੱਗਦਾ ਵੇਖੋ ਨਾ ਕੰਨਾ ਦੀ ਸ਼ੇਮ ਦੀ ਚਿਹਰੇ ਦੀ ਬਸ ਸ਼ੌਂਕ ਨਹੀਂ ਸੀ ਜੇ ਤਾਂ ਕੰਨਾ ਤਾਂ ਅੱਛਾ ਜਾਉਂਦਾ ਹਾਂ ਗੱਲ ਇਹ ਵੀ ਸਹੀ ਹੈ ਹਾਂਜੀ ਇਹ ਕੰਨਾ ਤੱਕ ਕਿੱਥੇ ਜਾ ਨਾਲੇ ਵੱਡੇ ਕੰਨ ਸੋਹਣੇ ਲੱਗਦੇ ਛੰਡ ਮਾਰਦਾ ਜਦੋਂ ਕੁੱਤਾ ਤੇਰੀ ਜੇ ਤਾੜੀ ਵੱਜਦੀ ਤਾੜੀ ਹਾਂਜੀ ਐਂ ਜਦੋਂ ਨਹੀਂ ਕਰਨਾ ਤੇ ਤਾੜੀ ਤਾੜੀ ਵੱਜਣੀ ਹੈ ਇੱਧਰ ਉਮਰ ਇਹਦੀ ਕਿਤਨੀ ਹੋ ਗਈ ਹੈ ਉਮਰ ਇਹਦੀ ਹੋ ਗਈ ਜੀ 11.5 ਮਹੀਨੇ 11.5 ਮਹੀਨੇ ਹਾਂਜੀ ਵਿੱਚ ਫਲਕੂ ਦੇ ਨਾਲ ਚੌਕੀਦਾਰ ਵੀ ਨਿੱਕੇ ਨਿੱਕੇ ਨਾ ਜਿਹੜਾ ਵੱਡੇ ਹੋਏ ਛੋਟੇ ਨੂੰ ਅਜੇ ਫਲਕੂ ਬਿਲਕੁਲ ਛੋਟਾ ਜਿਹਾ ਹਾਂਜੀ ਲੇਕਿਨ ਖੁਰਾਕ ਸਾਹ ਵੇਖ ਲਓ ਹਾਂਜੀ ਮਾਸ਼ਾਅੱਲਾ ਜੀ ਮੈਂਟਲ ਦਾ ਹੈਡ ਤੁਹਾਨੂੰ ਵਿਖਾਣਾ ਜਿਹੜੀ ਗੱਲ ਹੈ ਬਿਗ ਹੈਡ ਸੇਮ 9 ਲੱਖੀਏ ਵਰਗਾ ਹੈ ਵੇਖੋ ਜੀ ਜੀ ਇੱਧਰ ਇੱਧਰ ਇਹਦਾ ਕਾਦੇ ਦਾ ਵੇਟ ਸਾਰਾ 9 ਲੱਖੀਏ ਵਰਗਾ ਬਣਨਾ ਲੈ ਚੱਲੋ ਜੀ ਉੱਥੋਂ ਤੱਕ ਏ ਕਿ ਬਣੀਆਂ ਨਵੀਂ ਚੱਲ ਚੱਲ ਆ ਜਾਓ ਇੱਧਰ ਆ ਇੱਧਰ ਇੱਧਰ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਨਾ ਹਾਥੋਂ ਕੇ ਭੂਤ ਲਾਤੋਂ ਸੇ ਮਾਨਤੇ ਲਾਤੋਂ ਕੇ ਭੂਤ ਹਾਥੋਂ ਸੇ ਨਹੀਂ ਮਾਨਤੇ ਲਾਤੋਂ ਸੇ ਮਾਨਤੇ ਜਬਰੂ ਕੋਲੋਂ ਅੱਛਾ ਜੀ ਇਹ ਬੱਚਾ ਆ ਜਾਓ ਜੀ ਇੱਥੋਂ ਇੱਥੇ ਵਿੱਚੋਂ ਲੈ ਕੇ ਆਵੋ ਉਦਾਂ ਦੀ ਸਾਹ ਮਕਬੂਲ ਭੱਟੀ ਜੀ ਇਹ ਉਹਦੇ ਕੋਲ ਸੀ ਜੀ ਜਬਰੂ ਮਗਾ ਜੀ ਯਾਰ ਬੁੱਢਾ ਹੋ ਗਿਆ ਤੇ ਬਰਾਏ ਮਿਹਰਬਾਨੀ ਹੁਣ ਬੱਚਾ ਸਾਡਾ ਪਿਛਾ ਹਟਾ ਦਿਓ ਉਹਨਾਂ ਨੇ ਕਿਹਾ ਜੀ ਬਿਸਮਿਲ੍ਲਾ ਜੀ ਤੁਹਾਡੀ ਅਮਾਨਤ ਇਹ ਉਹਨਾਂ ਦਾ ਬੜਾ ਜੀ ਬੜੀ ਵੱਡੀ ਮੁਹੱਬਤ ਹੈ ਕਿ ਜਿਨ੍ਹਾਂ ਨੇ ਸਾਨੂੰ ਸਾਡੇ ਕੁੱਤੇ ਦੀ ਨਸਲ ਪਿਛਾ ਦਿੱਤੀ ਜੀ ਕਿਆ ਵਾ ਹੈਟਸ ਪੀਟਾ ਤੇਰੀਆ ਕਾਲ ਭਾਈ ਤਿਲਕ ਗਿਆ ਜੀ ਤੇ ਖਾਲ ਭਾਈ ਤਿਲਕ ਗਿਆ ਕਿ ਤਿਲਕਾ ਦਿੱਤਾ ਰੋਕੀ ਕਿ ਬੂਟ ਤਿਲਕ ਗਿਆ ਜੀ ਬੂਟ ਤਿਲਕ ਗਿਆ ਜੀ ਬੂਟ ਪਾ ਲੋ ਰੋਕੀ ਤੂੰ ਤੇ ਖਾਲ ਭਾਈ ਨੂੰ ਥਾ ਛੱਡਿਆ ਅੱਜ ਤੇ ਖਾਲ ਭਾਈ ਤਿਲਕ ਗਿਆ ਇੱਧਰ ਆ ਇੱਕ ਵਾਰੀ ਤਿਲਕਿਆ ਖਾਲ ਭਾਈ ਹੋ ਪੀਲੇ 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 ਪਾਣੀ ਹੋਰ ਪੀਲੇ ਹੋਰ ਪੀਲੇ ਤਾਜ਼ਾ ਪਾਣੀ ਹੈ ਬੈਕ ਆਟ
बैक 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 आते बैक बैक मार के इसने खान भाई तेरे को सारे कुत्ते तेरी गल मनन लग गए। वेच चल वेच चल चला जा वेच चल वेच मेरा पुत्र वेच चल चल इतने भी पिंजरा आया सी ना इधर फिर ਚਾਹਾਂਗੇ ਇਜਾਜ਼ਤ ਖਾਨ ਭਾਈ ਸਭੋ ਕਰੋ ਆਪਣਾ ਅਤੇ ਆਪਣੇ ਗਰੀਬ ਭਰਾਵਾਂ ਦਾ ਖਿਆਲ ਕਰਨਾ ਖਾਨ ਭਾਈ ਦਾ ਨਿਸ਼ਾਨ ਨਹੀਂ ਅਤੇ ਦਸਾਵਾਂ ਹੱਥ ਤੇ ਕਰੋ ਜੀ ਜੀ ਆ ਗਈ ਸੀ ਲੱਗੀ ਜੀ ਸੀ ਲੱਗ ਗਈ ਜੀ ਦੋਵੇਂ ਪੈਰ ਹੀ ਨਿਕਲ ਗਏ ਅੱਜ ਮੈਂ ਆਈ ਗਿਆ ਅੱਜ ਮੈਂ ਤਿਲਕ ਗਈ ਤਿਲਕ ਗਈ ਅੱਜ ਮੈਂ ਤਿਲਕ ਗਈ ਤਿਲਕ ਗਈ ਆਏ ਆਏ ਦੋਸਤੋ ਅੱਜ ਦਾ ਵਲੌਗ ਅੱਜ ਦੀ ਵੀਡੀਓ ਆਪਕੋ ਕੈਸੀ ਲੱਗੀ ਕਮੈਂਟਸ ਕਰਕੇ ਆਪਣੀ ਰਾਏ ਇਜ਼ਹਾਰ ਜ਼ਰੂਰ ਕੀਜੀਏਗਾ ਇਹਦੇ ਨਾਲ ਹੀ ਅਸੀਂ ਚਾਹਾਂਗੇ ਇਜਾਜ਼ਤ ਕਿਉਂਕਿ ਪੰਜਾਬੀ ਨੂੰ ਭੁੱਲਣਾ ਨਹੀਂ ਕਿਉਂਕਿ ਸਾਡੀ ਮਾਂ ਬੋਲੀ ਆ ਆਪਣਾ ਅਤੇ ਆਪਣੇ ਗਰੀਬ ਭਰਾਵਾਂ ਦਾ ਖਿਆਲ ਗਰੀਬ ਮਹੱਲੇਦਾਰਾਂ ਦਾ ਖਿਆਲ ਆਪਣੇ ਗਿਰਦੋ ਨਫਾ ਸਫਾਈ ਦਾ ਵੀ ਖਿਆਲ ਕਰਨਾ ਫਿਰ ਆਹੋ ਤੇ ਇਹ ਗੱਲ ਪਿੰਡੋਂ ਬਾਹਰ ਨਹੀਂ ਜਾਣੀ ਚਾਹੀਦੀ ਨਹੀਂ ਨਹੀਂ ਪਿੰਡੋਂ ਬਾਹਰ ਨਹੀਂ ਜਾਣੀ ਚਾਹੀਦੀ ਆਹੋ ਇਹ ਆਪਣੇ ਆਪ 'ਚ ਰੱਖਣੀ ਹੈ ਗੱਲ ਇਹ ਗੱਲ ਤਾਂ ਸਿਆਣੀ ਕੀਤੀ ਮੁੰਡੇ ਨੇ ਆਈ ਲੇਕ ਯੂ ਮੋਸਟ ਵੈਲਕਮ ਸੋ ਮਚ ਥੈਂਕ ਯੂ ਆਈ ਲਵ ਯੂ अलारेगबान पाकिस्तान जिंदाबाद जिंदाबाद जफ्फियां पाक।